ਆਮ ਆਦੀ ਪਾਰਟੀ ਵੱਲੋਂ 15 ਅਗਸਤ ਤੋਂ ਪਹਿਲਾਂ ਮੋਹੱਲਾ ਕਲੀਨਿਕ ਕਲੀਨ ਸ਼ੁਰੂਆਤ ਕੀਤੀ ਜਾਏਗੀ ਇਹਨਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਟਲਸੋ ਮੋਹੱਲਾ ਕਲੀਨਿਕ ਬਣਾਵਾਂਗੇ ਮਹੱਲੇ ਸ਼ਹਿਰ ਚ ਤਾਂ ਹੁੰਦੇ ਆ ਪਿੰਡ ਚ ਕਿੱਥੇ ਹੈ ਨਕਲ ਮਾਰਤੀ ਦਿੱਲੀ ਵਾਲੀ ਤੇ ਬਾਅਦ ਦੇ ਵਿੱਚ ਇਹਨਾਂ ਦਾ ਨਾਮ ਬਦਲਤਾ ਰੱਖਤਾ ਆਮ ਆਦਮੀ ਕਲੀਨ ਉਹ ਕਹਿੰਦੇ 14 ਅਗਸਤ ਸ਼ਾਮ ਨੂੰ ਇਨਾ ਕਲੀਨਿਕਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਿਹਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲੇ ਤੋਂ ਕਰਨਗੇ ਆਮ ਆਦੀ ਪਾਰਟੀ ਦੇ ਸਮਰਾਲਾ ਤੋਂ ਵਿਧਾਇਕ ਨੇ ਜੀ ਜਗਤਾਰ ਸਿੰਘ ਵਿਆਲਪੁਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਵਿਰੋਧੀ ਜੋ ਕਿ ਮੈਂ ਹਲਕੇ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਦੀ ਬਖੌਲਾਹਟ ਹੈ ਜੋ ਮੈਨੂੰ ਇਹ ਧਮਕੀਆਂ ਦੇ ਰਹੇ ਨੇ ਉਹ ਕਹਿੰਦੇ ਕਿ ਤੇਰੇ ਤੇ ਕਰੋੜ ਰੁਪਏ ਲਗਾ ਕੇ ਖੂਜੇ ਲਾ ਦੇਵਾਂਗੇ ਕੋਈ ਜੂਪੀ ਬਿਹਾਰ ਵਾਲਾ ਟਰੱਕ ਚੜਾ ਦੇਵੇਗਾ ਇਸ ਤਰ੍ਹਾਂ ਦੇ ਦੋਸ਼ ਉਹ ਲਾਉਂਦੇ ਨੇ ਇਹ ਜਗਤਾਰ ਸਿੰਘ ਦਿਆਲਪੁਰਾ ਨੇ ਗੱਲ ਨਹੀਂ ਕੀਤੀ ਪਰ ਇਸ਼ਾਰੇ ਨਾਲ ਸਾਰਾ ਕੁਝ ਸਮਝਾ ਗਿਆ ਤੇ ਉਹ ਇਸ਼ਾਰਾ ਜਿਹਦੇ ਵੱਲ ਹੈ ਲੋਕ ਵੀ ਜਾਣਦੇ ਆ ਐਮ ਐਲ ਏ ਸਾਹਿਬ ਨਾ ਦੱਸਦਿਆਂ ਵੀ ਸਾਰਾ ਕੁਝ ਸਾਫ ਕਰ ਗਏ ਜੀ ਸ੍ਰੀ ਦਰਬਾਰ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਵੀਆਈਪੀ ਕਲਚਰ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਅਸੀਂ ਕਈ ਵਾਰ ਕਰਦੇ ਹੁੰਨੇ ਆ ਗੁਰਬਾਣੀ ਦੀ ਤੁਕ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਬਲਾਏ ਪਰ ਅਸੀਂ ਇਕੱਠੇ ਬੈਠਣ ਨੂੰ ਤਿਆਰ ਕੀ ਅਸੀਂ ਆਪ ਜੋ ਅਕਾਲ ਤਖਤ ਦੀ ਮਾਨਮਰਿਆਦਾ ਉਹਦੇ ਤੇ ਖੜੇ ਆ ਇੱਕ ਦੇਹਧਾਰੀ ਦੇ ਖਿਲਾਫ ਹੁਕਮਨਾਮਾ ਰੱਦ ਨਹੀਂ ਕਰਾਇਆ ਗਿਆ ਬਿਨਾਂ ਉਹਦੇ ਆਉਣ ਤੇ ਜਾਂ ਸੱਦੇ ਤੇ ਉਹ ਕਹਿੰਦੇ ਇੱਥੇ ਕੋਈ ਵੀਆਈਪੀ ਕਲਚਰ ਨਹੀਂ ਸ਼੍ਰੀ ਕਾਲ ਤਖਤ ਸਾਹਿਬ ਤੇ ਆਉਣ ਵਾਲਾ ਹਰ ਵਿਅਕਤੀ ਹੀ ਵੀਆਈਪੀ ਹੈ ਹਰ ਵਿਅਕਤੀ ਦਾ ਸਨਮਾਨ ਹੈ ਤੇ ਇੱਕ ਸਮਾਨਤਾ ਦਾ ਸੰਦੇਸ਼ ਹੈ ਇੱਥੇ ਕੀ ਇਹ ਸਾਰਾ ਕੁਝ ਲਾਗੂ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਨਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਜਾਣ ਦਾ ਸਵਾਗਤ ਕਰਦੇ ਹਾਂ ਢੱਲਸਾ ਸਾਹਿਬ ਤੇ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਆਮਾਦੀ ਪਾਰਟੀ ਵੱਲੋਂ 15 ਅਗਸਤ ਤੋਂ ਪਹਿਲਾਂ ਮੁਹੱਲਾ ਕਲੀਨਿਆ ਕੰਦੀ ਸ਼ੁਰੂਆਤ ਕੀਤੀ ਜਾਏਗੀ ਇਹਨਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਢੱਲਸਾ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬੜਾਈ ਤਾਂ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਮਹੱਲੇ ਸ਼ਹਿਰ ਚ ਤਾਂ ਹੁੰਦੇ ਆ ਪਿੰਡ ਚ ਕਿੱਥੇ ਹੈ ਨਕਲ ਮਾਰਤੀ ਦਿੱਲੀ ਵਾਲੀ ਤੇ ਬਾਅਦ ਦੇ ਵਿੱਚ ਇਹਨਾਂ ਦਾ ਨਾਮ ਬਦਲਤਾ ਰੱਖਤਾ ਆਮ ਆਦਮੀ ਕਲੀਨਿਕ ਇਸ ਸਬੰਧ ਦੇ ਵਿੱਚ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੋਕਾਂ ਦੇ ਰੂਬਰੂ ਹੋਏ ਉਹ ਕਹਿੰਦੇ 14 ਅਗਸਤ ਸ਼ਾਮ ਨੂੰ ਇਹਨਾਂ ਕਲੀਨਿਕਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਿਹਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲੇ ਤੋਂ ਕਰਨਗੇ ਕਿਉਂਕਿ 15 ਅਗਸਤ ਰਾਜਪਦਰੀ ਸਮਾਗਮ ਪਟਿਆਲੇ ਦੇ ਵਿੱਚ ਹੈ ਪਟਿਆਲੇ ਦੇ ਵਿੱਚ ਵੀ ਇਹ ਸਿਹਤ ਮੰਤਰੀ ਨੇ ਝੰਡਾ ਚੁਲਾਉਣਾ ਹੈ ਬਰਨਾਲੇ ਦੇ ਵਿੱਚ ਤੇ ਇਸ ਕਰਕੇ ਇਹ ਸ਼ੁਰੂਆਤ ਪਟਿਆਲੇ ਤੋਂ ਕੀਤੀ ਜਾ ਰਹੀ ਹੈ ਇਹਨਾਂ ਦੀ ਸ਼ੁਰੂਆਤ ਕਰਾ ਕੇ ਸਿਹਤ ਮੰਤਰੀ ਫਿਰ ਬਰਨਾਲੇ ਵਾਲੇ ਪਾਸੇ ਨੂੰ ਚਾਲੇ ਪਾ ਦੇਣਗੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ ਇਸ ਤੋਂ ਪਹਿਲਾਂ 583 ਮਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਨੇ ਇਹ ਚੱਲ ਰਹੇ ਨੇ 403 ਪਿੰਡੂ ਖੇਤਰਾ ਚ 180 ਸ਼ਹਿਰੀ ਕੇਤਰਾ ਦੇ ਵਿੱਚ 20 ਲੱਖ ਤੋਂ ਵੱਧ ਮਰੀਜ਼ ਆਪਦਾ ਟੈਸਟ ਕਰਾ ਚੁੱਕੇ ਨੇ 80 ਦਵਾਈਆਂ 38 ਕਿਸਮ ਦੇ ਟੈਸਟ ਇੱਥੇ ਹੁੰਦੇ ਨੇ ਤੇ 30 ਕਰੋੜ ਤੋਂ ਵੱਧ 30 ਕਰੋੜ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਨੇ ਉਹਨਾਂ ਜਾਣਕਾਰੀ ਦਿੱਤੀ ਕਿ 10 ਅਗਸਤ ਤੱਕ ਇਹਨਾਂ ਦੇ ਉੱਤੇ 44,5253 ਕੀਤੀ ਜਾ ਚੁੱਕੀ ਹੈ ओपीडी ਇਹ ਕਲੀਨਿਕ ਮੈਡੀਕਲ ਆਫਸਰ ਫਾਰਮਾਸਿਸਟ ਸਹਾਇਕ ਕਲੀਨਿਕ ਸਹਾਇਕ ਅਤੇ ਕਲੀਨਿਕ ਵਿੱਚ ਤਿੰਨ ਟੈਬਲੇਟ ਦੀ ਬਵਸਥਾ ਕੀਤੀ ਗਈ ਹੈ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਦਵਾਈਆਂ ਦੀ ਉਪਲਬਧਤਾ ਟੈਬੂਲਟ ਰਾਹੀਂ ਆਨਲਾਈਨ ਕੀਤੀ ਜਾਂਦੀ ਹੈ ਤੇ 76 ਕਲੀਨਿਕ ਪਰਸੋ 14 ਤਰੀਕ ਨੂੰ ਸ਼ਾਮ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਅਰਪਣ ਕਰਨਗੇ 76 ਦੇ ਵਿੱਚੋਂ 26 ਪੇਂਡੂ ਖੇਤਰ ਚ ਨੇ ਤੇ 50 ਸ਼ਹਿਰੀ ਖੇਤਰਾਂ ਚ ਨੇ ਇਹਦੇ ਨਾਲ ਆ ਇਹ ਜਿਹੜੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 659 ਹੋ ਜਾਵੇਗੀ। ਸੋ ਹਾਊਸ ਸਰਜਨਾਂ ਦੀ ਭਰਤੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ 300 ਹਾਊਸ ਸਰਜਨ ਨਿਯੁਕਤ ਕੀਤੇ ਨੇ। 200 ਪੀਜੀ ਵਿਦਿਆਰਥੀਆਂ ਵੱਲੋਂ ਰਾਜ ਦੇ ਸਿਹਤ ਭਾਗ ਵਿੱਚ ਠੇਕੇ ਤੇ ਮੈਡੀਕਲ ਅਫਸਰ ਵਜੋਂ ਸੇਵਾ ਨਿਭਾਉਣ ਲਈ ਜਿਹੜਾ ਬੌਂਡ ਹੈ ਉਹ ਦਿੱਤਾ ਗਿਆ ਹੈ। ਇਸ ਪਹਿਲ ਕਾਦਮੀ ਦਾ ਉਦੇਸ਼ ਸਿਹਤ ਮੰਤਰੀ ਛੇਹ ਸਹੂਲਤਾਂ ਬਾਰੇ ਦੱਸ ਰਹੇ ਨੇ 14 ਜ਼ਿਲ੍ਹਿਆਂ ਵਿੱਚ ਕੁੱਲ 85 ਡੀਐਨਬੀ ਸੀਟਾਂ ਮਨਜ਼ੂਰ ਕੀਤੀਆਂ ਨੇ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਸੋ ਇਹਨਾਂ ਗਿਣਤੀ ਦੀ ਗਿਣਤੀ ਹੁਣ ਵਧਣ ਜਾ ਰਹੀ ਹੈ ਪੰਜਾਬ ਦੇ ਵਿੱਚ ਜੀ ਆਮ ਆਦਮੀ ਪਾਰਟੀ ਦੇ ਸਮਰਾਲਾ ਤੋਂ ਵਿਧਾਇਕ ਨੇ ਜੀ ਜਗਤਾਰ ਸਿੰਘ ਦਿয়ালਪੁਰਾ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਵਿਰੋਧੀ ਜੋ ਕਿ ਮੈਂ ਹਲਕੇ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਦੀ ਬਖਲਾਹਟ ਹੈ ਜੋ ਮੈਨੂੰ ਇਹ ਧਮਕੀਆਂ ਦੇ ਰਹੇ ਨੇ ਜੀ ਉਹਨਾਂ ਦਾ ਕਹਿਣਾ ਕਿ ਵਿਰੋਧੀ ਧਰ ਦੇ ਧਨਾੜ ਬੰਦੇ ਆਚਾਰਾ ਸਾਰੇ ਸਮਝਦੇ ਹੋਣਗੇ ਕਿ ਕਿਸ ਪਾਸੇ ਵੱਲ ਹੈ ਸਾਰਿਆਂ ਨੂੰ ਪਤਾ ਕਿ ਉਸ ਖੇਤਰ ਦੇ ਵਿੱਚ ਧਨਾੜ ਬੰਦੇ ਕੌਣ ਨੇ ਉਹ ਕਹਿੰਦੇ ਆਮ ਲੋਕਾਂ ਦਾ ਐਮਐਲਏ ਆ ਮੈਂ ਲੋਕਾਂ ਦੇ ਕੰਮ ਕਰਦਾ ਜਿਹਦੇ ਕਰਕੇ ਉਹਨਾਂ ਦੀ ਨੀਂਦ ਹਰਾਮ ਹੋਈ ਵੀ ਐ ਉਹ ਕਹਿੰਦੇ ਕਿ ਤੇਰੇ ਤੇ ਕਰੋੜ ਰੁਪਏ ਲਗਾ ਕੇ ਖੂਜੇ ਲਾ ਦੇਵਾਂਗੇ ਕੋਈ ਜੂਪੀ ਬਿਹਾਰ ਵਾਲਾ ਟਰੱਕ ਚੜਾ ਦੇਵੇਗਾ ਇਸ ਤਰ੍ਹਾਂ ਦੇ ਦੋਸ਼ ਉਹ ਲਾਉਂਦੇ ਨੇ ਉਹ ਕਹਿੰਦੇ ਇਹ ਘਟਿਆ ਰਾਜਨੀਤੀ ਦਾ ਪੱਧਰ ਹੈ 17 ਮਹੀਨਿਆਂ ਦੇ ਵਿੱਚ ਮੈਂ ਲੋਕਾਂ ਦੇ ਬਹੁਤ ਸਾਰੇ ਕੰਮ ਕੀਤੇ ਐ ਤੇ ਵਿਰੋਧੀ ਇਸ ਗੱਲ ਤੋਂ ਬੁਖਲਾਟ ਵਿੱਚ ਨੇ ਉਹਨਾਂ ਨੇ ਨਾਂ ਨਹੀਂ ਲਿਆ ਪਰ ਜਿਹੜਿਆਂ ਕੁਝ ਉਹ ਕਹਿੰਦੇ ਨੇ ਉਹ ਚੀਜ਼ ਤੋਂ ਸਪਸ਼ਟ ਹੋ ਜਾਂਦਾ ਹੈ ਮੈਨੂੰ ਯਾਦ ਹੈ ਇੱਕ ਪੁਰਾਣੀ ਕਹਾਵਤ ਇੱਕ ਬਾਵਾ ਗਰੀਬ ਘਰ ਦਾ ਬੱਚਾ ਆਪਦੇ ਦਾਦੇ ਨਾਲ ਚਲਾ ਗਿਆ ਕਿਸੇ ਦੇ ਘਰੇ ਅਫਸੋਸ ਕਰਨ ਆਰਥਿਕ ਕੁਪ ਕੁਮਜ਼ੋਰ ਸੀ ਉੱਥੇ ਔਰਤਾਂ ਬਹਿਨ ਪਾਰੀਆਂ ਹਾਏ ਹੈ ਵੇ ਤੂੰ ਉੱਥੇ ਗਏ ਜਿੱਥੇ ਦੀਵਾ ਨਾ ਬੱਤੀ ਹਾਏ ਹਾਏ ਵੇ ਤੂੰ ਉੱਥੇ ਗਿਆ ਜਿੱਥੇ ਆਣਾ ਨਾ ਪਾਣੀ ਹਾਏ ਹਾਏ ਵੇ ਤੂੰ ਉੱਥੇ ਗਿਆ ਜਿੱਥੇ ਧੁੱਪਣਾ ਸ਼ਾ ਪਤਾ ਨਹੀਂ ਕੀ ਕੁਛ ਕਹਤਾ ਉਹ ਪੁੱਤਾ ਹੌਲੀ ਕਿਦਦੇ ਨੇ ਆਪਦੇ ਦਾਦੇ ਨੂੰ ਕਹਿੰਦਾ ਕਹਿੰਦਾ ਦਾਦਾ ਜੀ ਆਹ ਬੰਦਾ ਕਿਤੇ ਆਪਣੇ ਘਰੇ ਤਾਂ ਨਹੀਂ ਗਿਆ ਸਾਰੀਆਂ ਫੈਸਿਲਟੀਆਂ ਤਾਂ ਆਪਣੇ ਘਰੇ ਹੀ ਨੇ ਉਸ ਗੱਲ ਵਾਂਗੂ ਭਾਵੇਂ ਇਹ ਜਗਤਾਰ ਸਿੰਘ ਦਿਆਲਪੁਰਾ ਨੇ ਗੱਲ ਨਹੀਂ ਕੀਤੀ ਪਰ ਇਸ਼ਾਰੇ ਨਾਲ ਸਾਰਾ ਕੁਝ ਸਮਝਾ ਗਿਆ ਤੇ ਉਹ ਇਸ਼ਾਰਾ ਜਿਹਦੇ ਵੱਲ ਹੈ ਲੋਕ ਵੀ ਜਾਣਦੇ ਐ ਐਮਐਲਏ ਸਾਹਿਬ ਨਾ ਦੱਸਦਿਆਂ ਵੀ ਸਾਰਾ ਕੁਝ ਸਾਫ ਕਰ ਗਏ ਨੇ ਜੀ ਜੀ ਸਤਿ ਸ਼੍ਰੀ ਅਕਾਲ ਸ਼੍ਰੀ ਦਰਬਾਰ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਵੀਆਈਪੀ ਕਲਚਰ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਜੀ ਦੇਖੋ ਜਿਹੜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਹੁਣੇ-ਹੁਣੇ ਉਹਨਾਂ ਨੂੰ ਅਕਾਲ ਤਖਤ ਦਾ ਚਾਰਜ ਦਿੱਤਾ ਗਿਆ ਪਹਿਲਾਂ ਉਹ ਤਖਤ ਸ਼੍ਰੀ ਦਮਦਮ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸੀ ਉਹ ਕਹਿੰਦੇ ਕਿ ਕੌਮੀ ਬੁੱਧਿਆਂ ਦੇ ਹੱਲ ਸਿੱਖ ਕੌਮ ਦੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੀ ਹੋਣਗੇ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਉਹਦੀ ਰੋਸ਼ਨੀ ਵਿੱਚ ਕੀਤਾ ਜਾਣਾ ਅੱਜ ਮੀਡੀਆ ਨਾਲ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਸਾਨੂੰ ਆਪਸ ਵਿੱਚ ਦੀ ਇੱਕ ਦੂਜੇ ਨਾਲ ਝਗੜੇ ਕਰਨ ਦੀ ਥਾਂ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਹੱਲ ਨਿਕਲ ਸਕਦੇ ਨੇ ਅੱਜ ਉਹ ਪ੍ਰਗਟ ਹੋ ਗਏ ਕੁਝ ਦਿਨ ਪਹਿਲਾਂ ਮਤਵਾਜੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੈਂਡ ਅਕਾਲ ਤਖਤ ਦੇ ਸਾਹਮਣੇ ਬੈਠੇ ਰਹੇ ਤੇ ਗਿਆਨੀ ਰਗਵੀਰ ਸਿੰਘ ਅਲੋਪ ਰਹੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਵੀ ਮਸਲਾ ਹੈ ਉਹਦਾ ਹੱਲ ਸਬਾਦ ਰਾਹੀ ਹੈ ਸਬਾਦ ਚੋਂ ਨਿਕਲਦਾ ਅਸੀਂ ਕਈ ਵਾਰ ਕਰਦੇ ਹੁੰਨੇ ਆ ਗੁਰਬਾਣੀ ਦੀ ਤੱਕਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਪਰ ਅਸੀਂ ਇਕੱਠੇ ਬੈਠੇ ਨੂੰ ਤਿਆਰ ਹੈ ਕੀ ਅਸੀਂ ਆਪ ਜੋ ਅਕਾਲ ਤਖਤ ਦੀ ਮਾਨ ਮਰਿਆਦਾ ਉਹਦੇ ਤੇ ਖੜੇ ਆ ਕੀ ਇਸੇ ਅਕਾਲ ਤਖਤ ਸਭ ਤੋਂ ਇੱਕ ਦੇਹਤਾਰੀ ਦੇ ਖਿਲਾਫ ਹੁਕਮਨਾਮਾ ਰੱਦ ਨਹੀਂ ਕਰਾਇਆ ਗਿਆ ਬਿਨਾਂ ਉਹਦੇ ਆਉਣ ਤੇ ਜਾਂ ਸੱਦੇ ਤੇ ਉਹ ਕਿਹੜੀ ਮਰਿਆਦਾ ਸੀ ਸੁਜੰਦਰ ਸਾਹਿਬ ਨੂੰ ਇਹ ਵੀ ਦੱਸਣਾ ਚਾਹੀਦਾ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਰਹਿਤ ਮਰਿਆਦਾ ਉਹਦੇ ਵਿੱਚ ਸਾਰੇ ਹੱਲ ਨੇ ਔਰ ਉਹ ਕਹਿੰਦੇ ਕਿ ਕੌਮੀ ਮਸਲਿਆਂ ਤੇ ਦੀਰਘ ਵਿਚਾਰਾਂ ਲਈ ਸਤੰਬਰ ਦੇ ਪਹਿਲੇ ਹਫ਼ਤੇ ਕਾਲ ਤਖਤ ਸਾਹਿਬ ਤੇ ਇੱਕ ਮੀਟਿੰਗ ਕੀਤੀ ਜਾਵੇਗੀ ਉਹ ਕਹਿੰਦੇ ਇੱਥੇ ਕੋਈ ਵੀਆਈਪੀ ਕਲਚਰ ਨਹੀਂ ਸ਼੍ਰੀ ਕਾਲ ਤੱਕ ਸਭ ਤੇ ਆਉਣ ਵਾਲਾ ਹਰ ਵਿਅਕਤੀ ਹੀ ਵੀਆਈਪੀ ਹੈ ਹਰ ਵਿਅਕਤੀ ਦਾ ਸਨਮਾਨ ਹੈ ਤੇ ਇੱਕ ਸਮਾਨਤਾ ਦਾ ਸੰਦੇਸ਼ ਹੈ ਇੱਥੇ ਕੀ ਇਹ ਸਾਰਾ ਕੁਝ ਲਾਗੂ ਹੈ ਕੀ ਆਮ ਵਿਅਕਤੀ ਤੇ ਸੁਪਰ ਵੀਆਈਪੀ ਦਾ ਇੱਕੋ ਜਿਹਾ ਸਾਰਾ ਕੁਝ ਹੁੰਦਾ ਹੈ ਜਦਾਤ ਸਾਹਿਬ ਅਗਲੀ ਮੀਟਿੰਗ ਚ ਦੱਸ ਦੇਣ ਪਰ ਇਸ ਵੇਲੇ ਇਹ ਦੁੱਬਦਾਵਾ ਬਹੁਤ ਨਹੀਂ 328 ਰੁਪਿਆ ਦੀ ਦੁੱਬਦਾ ਦੂਰ ਹੋ ਗਈ ਕਿੱਥੇ ਕਿੱਥੇ ਕਿਹੜੀ ਮਰਿਆਦਾ ਕਰਨੀ ਹੈ ਇਹ ਤੋਂ ਪਹਿਲਾਂ ਜੱਜਦਾਰ ਸਾਹਿਬ ਨੇ ਕਿਹਾ ਸੀ ਆਪਣਾ ਚੈਨਲ ਸ਼ੁਰੂ ਕਰੋ ਚੁੱਪੇ ਕਰਕੇ ਉਹ ਵੀ ਤਾਂ ਜੱਜਦਾਰ ਸੀ ਤੇ ਜੇ ਕਹਿੰਦੇ ਹੁਣ ਵਾਲਿਆਂ ਦੇ ਇਹਨਾਂ ਦੇ ਪ੍ਰਭੂਆ ਦੇ ਬਤਾਵਕ ਤਰਪੇ ਅਸੀਂ ਜੀ ਲਾਗੂ ਕਰਦੇ ਹਾਂ ਤੇ ਗੈਨੀ ਹਰਪ੍ਰੀਤ ਸਿੰਘ ਫਿਰ ਕਾਰਜਕਾਰੀ ਸੀ ਤਾਂ ਨਹੀਂ ਕੀਤਾ ਸੋ ਜਦਦਰ ਸਾਹਿਬ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੇ ਵਿੱਚ ਜਿਹੜੀਆਂ ਦੁਬਧਾਵਾਂ ਦੂਰ ਪੈਦਾ ਹੋਈਆਂ ਬੀਆਂ ਨੇ ਇਹਨਾਂ ਨੂੰ ਦੂਰ ਕਰਨ ਲਈ ਸਾਂਝੀ ਇਕੱਤਰਤਾ ਬੁਲਾ ਕੇ ਵਿਦਵਾਨਾਂ ਦੀ ਇਹਨਾਂ ਨੂੰ ਦੂਰ ਕਰੋ ਇਹਨਾਂ ਨੇ ਸਿੱਖ ਕੌਮ ਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਕਰ ਦਿੱਤਾ ਹੈ ਜੀ ਪਟਿਆਲੇ ਤੋਂ ਆਮਾਦੀ ਪਾਰਟੀ ਦੇ ਚਾਰ ਆਗੂ ਮੱਧ ਪ੍ਰਦੇਸ਼ ਤੋਂ ਵਾਪਸ ਪਰਤ ਆਏ ਨੇ ਜੀ ਇਹ ਚਾਰ ਆਗੂ ਨੇ ਇਹ ਉੱਥੇ ਪ੍ਰਚਾਰ ਵਾਸਤੇ ਗਏ ਸੀ ਇੱਕ ਤਾਂ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਦੂਜੇ ਨੇ ਇੰਦਰਜੀਤ ਸਿੰਘ ਸੰਧੂ ਤੀਜੇ ਨੇ ਤੇਜਿੰਦਰ ਮਹਿਤਾ ਤੇ ਮੁਲਾਜ਼ਮ ਆਗੂ ਮਨਜੀਤ ਸਿੰਘ ਬੰਗੜ ਇਹ ਪਿਛਲੇ ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ ਵੱਲ ਗਏ ਸੀ ਸਾਨੂੰ ਸਾਰਿਆਂ ਨੂੰ ਪਤਾ ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ ਪਹਿਲਾਂ ਪ੍ਰਸਥਿਤੀਆਂ ਹੋਰ ਸੀ ਹੁਣ ਪ੍ਰਸਥਿਤੀਆਂ ਬਦਲ ਚੁੱਕੀਆਂ ਨੇ ਕਿਉਂਕਿ ਕੌਮੀ ਪੱਧਰ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਉਹਨਾਂ 26 ਪਾਰਟੀਆਂ ਦੇ ਵਿੱਚ ਸ਼ਾਮਲ ਹੈ ਜਿਹੜੇ ਇੱਕ ਮੰਚ ਤੇ ਇਕੱਤਰ ਨੇ ਤੇ ਹਾਲ ਹੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਤੇ ਜਿਹੜਾ ਦਿੱਲੀ ਲੋਕ ਸੇਵਾ ਵਿਲਾ ਹੈ ਉਹਦੇ ਤਹਿਤ ਇੱਕ ਮੰਚ ਤੇ ਇਕੱਤਰ ਹੋਈਆਂ ਨਹੀਂ ਤਾਂ ਰਾਜ ਸਭਾ ਦੇ ਵਿੱਚ ਇਹਨਾਂ ਦੇ ਮੈਂਬਰ ਜਿਹੜੇ ਐ ਉਹ 10 ਸੀ ਤੇ ਹੁਣ ਕਿੰਨੇ ਹੋਏ 102 ਇਹਦਾ ਮਤਲਬ 92 ਵ代ਕਾਂ ਨੇ ਨਾ ਮੈਂਬਰ ਰਾਜ ਸਭਾਵਾਂ ਨੇ ਰਾਜ ਸਭਾ ਦੀਆਂ ਨੇ ਉਹਨਾਂ ਨੂੰ ਕੇਜਰੀਵਾਲ ਨੂੰ ਸਾਹਬ ਦਿੱਤਾ ਇਸੇ ਕਰਕੇ ਕੇਜਰੀਵਾਲ ਸਾਹਬ ਨੇ ਸਾਰੀਆਂ ਹੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਪੱਤਰ ਲਿਖ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਜੀ ਰਾਜ ਸਭਾ ਦੇ ਪੰਜ ਮੈਂਬਰਾਂ ਦੀ ਟਰਮ ਖਤਮ ਹੋਣ ਤੇ ਅੱਜ ਉਹਨਾਂ ਨੂੰ ਵਧਾਈ ਕਿ ਦਿੱਤੀ ਗਈ ਹੈ ਜੀ ਕੱਲ ਸਾਡਾ ਰਾਜ ਸਭਾ ਤੇ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਖਤਮ ਹੋ ਗਿਆ ਇਹ ਰੀਤ ਹੈ ਜਦੋਂ ਵੀ ਕੋਈ ਬੰਦਾ ਸੇਵਾ ਮੁਕਤ ਹੁੰਦਾ ਹੈ ਜੀ ਉਹਦੀ ਸੇਵਾ ਮੁਕਤੀ ਤੋਂ ਬਾਅਦ ਉਸ ਨੂੰ ਉਥੋਂ ਵਧਾਈਗੀ ਪਾਰਟੀ ਦਿੱਤੀ ਜਾਂਦੀ ਹੈ ਕੱਲ ਭਾਵੇਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਤੇ ਕੁਝ ਆਗੂਆਂ ਨੂੰ ਮਤਲ ਕਰਨ ਦੇ ਮਾਮਲੇ ਵਿੱਚ ਕਾਫੀ ਜਦੋਜਹਿਦ ਹੋਈ ਆਪਸ ਵਿੱਚ ਦੀ ਇਹਨਾਂ ਦਾ ਵਿਚਾਰਕ ਮਤਭੇਦ ਵੀ ਆਇਆ ਜਿਹੜੀ ਸਪੀਕਰ ਓਮ ਬਿਰਲਾ ਸਾਹਿਬ ਨੇ ਚਾਹ ਪਾਰਟੀ ਰੱਖੀ ਸੀ ਵਿਰੋਧੀ ਧਿਰ ਵਾਲੇ ਸਾਰੇ ਉਹਦਾ ਬਾਈਕਟ ਕਰ ਗਏ ਸੋ ਰਾਜ ਸਭਾ ਦੇ ਮੁਖੀ ਹੁੰਦੇ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਾਹਿਬ ਉਹਦੇ ਚੇਅਰਮੈਨ ਨੇ ਤੇ ਪੰਜ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਦਾ ਕਾਰਜਕਾਲ ਪੂਰਾ ਹੋ ਗਿਆ ਕੱਲ ਉਹਨਾਂ ਨੂੰ ਚਾਹ ਪਾਣੀ ਸ਼ਿਕਾ ਕੇ ਵਧਾਈਗੀ ਦਿੱਤੀ ਗਈ ਯਾਦ ਚਿੰਨ ਵੀ ਦਿੱਤੇ ਗਏ ਇਹਨਾਂ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਦੋ ਜੁਗਲ ਸਿੰਘ ਲੋਖੰਡਵਾਲਾ ਤੇ ਦਿਨੇਸ਼ ਚੰਦਰ ਜੈਮਲ ਭਾਈ ਅਨਾਵਾੜਗਿਆ ਪੀਐਮਸੀ ਦੇ ਸੁਭਸ਼ਪਤਾ ਦੇਵ ਤੇ ਸ਼ਾਂਤੀ ਛੇਤਰੀ ਕਾਂਗਰਸ ਪਾਰਟੀ ਦੇ ਪ੍ਰਦੀਪ ਪਟਾਚਾਰੀਆ ਇਹ ਪੰਜ ਰਾਜ ਸਭਾ ਦੇ ਮੈਂਬਰ ਇਹਨਾਂ ਨੂੰ ਵਿਦਾਇਗੀ ਦੇ ਦਿੱਤੀ ਗਈ ਹੈ ਭਾਪ ਰਾਜ ਸਭਾ ਦੀਆਂ ਪੰਜ ਸੀਟਾਂ ਜਿਹੜੀਆਂ ਨੇ ਖਾਲੀ ਹੋ ਚੁੱਕੀਆਂ ਨੇ ਇਸ ਕਰਕੇ ਇਹਨਾਂ ਦੀ ਥਾਂ ਤੇ ਉਹਨਾਂ ਅਗਲੇ ਸਮੇਂ ਦੇ ਵਿੱਚ ਚੋਣ ਕਮਿਸ਼ਨ ਐਲਾਨ ਕਰੇਗਾ ਤੇ ਇਹ ਪੰਜੇ ਪਾਰ ਇਹ ਜਿਹੜੀਆਂ ਪਾਰ ਤਿੰਨ ਪਾਰਟੀਆਂ ਨੇ ਕਾਂਗਰਸ ਭਾਜਪਾ ਤੇ ਟੀਐਮਸੀ ਇਹ ਤਿੰਨੇ ਪਾਰਟੀਆਂ ਆਪੋ ਆਪਣੇ ਰਾਜ ਸਭਾ ਦੇ ਮੈਂਬਰਾਂ ਦੀ ਹੋਰ ਚੋਣ ਲਈ ਫਿਰ ਉਹ ਚੋਣ ਪ੍ਰਕਿਰਿਆ ਕਰਾਉਣਗੀਆਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਜਰੀਵਾਲ ਤੇ ਸੰਜੇ ਸਿੰਘ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਦੀ ਉੱਤੇ ਗੁਜਰਾਤ ਦੇ ਵਿੱਚ ਇਹਨਾਂ ਨੇ ਸਵਾਲ ਚੱਕੇ ਸੀ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਕਹਿੰਦੇ ਉੱਥੋਂ ਦੀ ਯੂਨੀਵਰਸਿਟੀ ਨੇ ਇਹਨਾਂ ਤੇ ਕੇਸ ਕਰਤਾ। ਉੱਥੋਂ ਦੇ ਜਿਹੜੀ ਮੈਟਰੋਪੋਲੀਟਨ ਅਦਾਲਤ ਹੈ ਉਹਦੇ ਜਿਹੜੇ ਹਾਈ ਕੋਰਟ ਦੇ ਜੱਜ ਨੇ ਜਸਟਿਸ ਸਮੀਰ ਇਹਨਾਂ ਨੇ ਹੇਠਲੀ ਅਦਾਲਤ ਦੇ ਵਿੱਚੋਂ ਜੋ ਫੈਸਲਾ ਹੋਇਆ ਸੀ ਉਤੇ ਸਟੇ ਮੰਗਿਆ ਸੀ ਮਾਨਯੋਗ ਅਦਾਲਤ ਨੇ ਸਟੇ ਨਹੀਂ ਦਿੱਤੀ ਇਸ ਕਰਕੇ ਇਹਦੀ ਸਰਵਾਈ ਅੱਗੇ ਮੁਲਤਵੀ ਹੋ ਗਈ ਹੈ ਇਹਨਾਂ ਦੋਨੇ ਆਗੂਆਂ ਨੂੰ ਜਿਹੜੀ ਉੱਚ ਅਦਾਲਤ ਹੈ ਉਥੋਂ ਗੁਜਰਾਤ ਦੀ ਤੋਂ ਕੋਈ ਸਟੇ ਵਗੈਰਾ ਨਹੀਂ ਮਿਲੀ ਹੁਣ ਇਹ ਇਸ ਮਾਮਲੇ ਨੂੰ ਲੈ ਕੇ ਅੱਗੇ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਜੀ ਮਮਤਾ ਬੈਨਰਜੀ ਨੇ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਪਣੇ ਬਿਆਨਾਂ ਤੋਂ ਮੁੱਕਰ ਰਹੇ ਨੇ ਬਿਨਾਂ ਸਬੂਤ ਉਹ ਬੋਲਦੇ ਨੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੀ ਹੈ ਜੀ ਦਿੱਲੀ ਦੀ ਸੌਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਕਿ ਪ੍ਰਧਾਨ ਮੰਤਰੀ ਸਾਹਿਬ ਬਿਨਾਂ ਸੋਚੇ ਸਮਝੇ ਬਿਨਾਂ ਬ੍ਰੇਕਾਂ ਤੋਂ ਬੋਲ ਦਿੰਦੇ ਨੇ ਸਾਡੇ ਪੰਜਾਬ ਦੇ ਆਗੂ ਵੀ ਆ ਕੁਝ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ ਆ ਇੱਕ ਵਾਰ ਮੋਦੀ ਸਾਹਿਬ ਨੇ ਕਹਿਤਾ ਸੀ ਗੁਰੂ ਨਾਨਕ ਗੁਰੂ ਗੋਰਖ ਤੇ ਇੱਕ ਹੋਰ ਨਾਮ ਲੈ ਤਾਂ ਕਿ ਇਹ ਤਾਂ ਇੱਥੇ ਬਹਿ ਕੇ ਵਿਚਾਰ ਕਰਦੇ ਹੁੰਦੇ ਸੀ ਜਦ ਕਿ ਉਹਨਾਂ ਦਾ ਜਨਮ ਮੇਲ ਹੀ ਨਹੀਂ ਖਾਂਦਾ ਜੇ ਪ੍ਰਧਾਨ ਮੰਤਰੀ ਵਰਗਾ ਬੰਦਾ ਇਸ ਤਰ੍ਹਾਂ ਦਾ ਸ਼ਬਦ ਬੋਲੇ ਇਹ ਬਹੁਤ ਖਤਰਨਾਕ ਹੁੰਦਾ ਹੈ ਮਮਤਾ ਵਰਜੀਰੀ ਕਹਿੰਗੇ ਤੁਸੀਂ ਭ੍ਰਿਸ਼ਟਾਚਾਰ ਦਾ ਮੁੱਦਾ ਨਹੀਂ ਉਠਾ ਸਕਦੇ ਤੁਸੀਂ ਪ੍ਰਧਾਨ ਮੰਤਰੀ ਰੱਖਿਆ ਫੰਡ ਕੇਅਰ ਫੰਡ ਰਫੇਲ ਸਮਝੌਤਾ ਰਫੇਲ ਦਾ ਸਮਝੌਤਾ ਸੌਦਾ ਜਿਹੜਾ ਹੋਇਆ ਨੋਟਬੰਦੀ ਵਰਗੇ ਮੁੱਦੇ ਆ ਤੇ ਕਿਰੇਓ ਤੁਸੀਂ ਕਈ ਵਾਰ ਲੋਕਾਂ ਨੂੰ ਮੂਰਖ ਬਣਾਤਾ ਤੇ ਹੁਣ ਲੋਕ ਮੂਰਖ ਨਹੀਂ ਬਣਨਗੇ ਤੁਸੀਂ ਕਦੇ ਵੀ ਆਪਣੇ ਹੀ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ ਔਰਤਾਂ ਤੇ ਅਤਿਆਚਾਰ ਪਹਿਲਵਾਨਾਂ ਤੇ ਅਤਿਆਚਾਰ ਮਣੀਪੁਰ ਚ ਅਤਿਆਚਾਰ ਦੀਆਂ ਹੱਦਾਂ ਮੁੱਕ ਗਈਆਂ ਤੇ ਫਿਰ ਮੈਂ ਬਾਦ ਦਾ ਇਲਾਕਾ ਤੇ ਨੂਹ ਦਾ ਇਲਾਕਾ ਵੀ ਆ ਗਿਆ ਕਈ ਆਗੂ ਸਿੱਧਾ ਇਲਜ਼ਾਮ ਲਾਉਂਦੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਇਹ ਕਰਾਇਆ ਹੈ ਅਸੀਂ ਨਹੀਂ ਕਹਿੰਦੇ ਉਹਦਾ ਜਵਾਬ ਪ੍ਰਧਾਨ ਮੰਤਰੀ ਸਾਹਿਬ ਨਹੀਂ ਦੇ ਰਹੇ ਤੇ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਹੈ ਬੀਬੀ ਮਮਤਾ ਬੇਨਰਜੀ ਤੁਹਾਨੂੰ ਪਤਾ ਹੈ ਕਿ ਬਹੁਤ ਦਵੰਗ ਸ਼ਖਸੀਅਤ ਨੇ ਐਸ ਵਾਰ ਇਹ ਕਹਿੰਦੇ ਸੀ ਕਿ ਇਹ ਦੀਦੀ ਨੂੰ ਦੂਰਾ ਅੰਕੜਾ ਪਾਰ ਨਹੀਂ ਕਰਨ ਦੇਣਾ ਦੀਦੀ ਤਾਂ ਤੀਰੇ ਅੰਕੜੇ ਤੇ ਪਹੁੰਚ ਗਈ ਤੁਸੀਂ ਦੂਰੇ ਅੰਕੜੇ ਦੇ ਟੱਪ ਨਹੀਂ ਸਕੇ ਤੀਸਰੇ ਤੀਰੇ ਅੰਕੜੇ ਤੋਂ ਕਾफी ਹੇਠਾਂ ਰਹਿ ਗਏ ਸੋ ਬੀਬੀ ਮਮਤਾ ਬੈਨਰਜੀ ਨੇ ਇਸ ਤਰ੍ਹਾਂ ਦੇ ਸਵਾਲ ਪ੍ਰਧਾਨ ਮੰਤਰੀ ਸਾਹਿਬ ਤੇ ਚੁੱਕੇ ਨੇ ਜੀ ਤਰਨਤਾਰਨ ਦੇ ਵਿੱਚ ਨਸ਼ਾ ਤਸਕਰਾਂ ਤੇ ਪੁਲਿਸ ਦੇ ਵਿਚਕਾਰ ਮੁਠਪੇੜ ਹੋਈ ਹੈ ਦੇਖੋ ਢਿਲ ਸਾਹਿਬ ਨਸ਼ਾ ਤਸਕਰਾਂ ਦੇ ਕਿੰਨੇ ਹੌਸਲੇ ਵਧ ਗਏ ਨੇ ਜੀ ਬਿਲਕੁਲ ਠੀਕ ਹੈ ਜੀ ਉਥੇ ਜਿਹੜੇ ਇਸ ਵੇਲੇ ਜ਼ਿਲ੍ਹਾ ਪੁਲਿਸ ਮੁਖੀ ਨੇ ਤਰਨਤਾਰਨ ਦੇ ਉਹਨੇ ਗੁਰਬੀਤ ਸਿੰਘ ਚੋਹਾਨ ਬਹੁਤ ਦਵੰਗ ਆਫੀਸਰ ਨੇ ਪਹਿਲਾਂ ਕਾਊਂਟਰ ਇੰਟੈਲੀਜੈਂਸ 'ਚ ਵੀ ਰਹੇ ਐਂਟੀ ਗੈਂਗਸਟਰ ਸਟਾਫ 'ਚ ਵੀ ਰਹੇ ਕਹਿੰਦੇ ਕੈਰੋਂ ਪਿੰਡ ਦੇ ਨੇੜੇ ਪਿੱਛੋਂ ਗੱਡੀ ਆ ਰਹੀ ਸੀ ਤੇ ਪੁਲਿਸ ਪਾਰਟੀ ਪਿੱਛਾ ਕਰ ਰਹੀ ਸੀ ਕਹਿੰਦੇ ਰਸਤੇ ਦੇ ਵਿੱਚ ਕਿਸੇ ਨਾਕੇ ਤੇ ਰੁਕ ਕੇ ਉਹ ਰੁਕੇ ਨਾ ਫਾਇਰਿੰਗ ਕਰਤੀ ਗੁਲੀ ਚਲਾਤੀ ਉਹਨਾਂ ਦੇ ਪਿੱਛੇ ਪੁਲਿਸ ਲੱਗਲੀ ਇੱਕ ਤਸਕਰ ਦੀ ਮੌਤ ਹੋ ਗਈ ਜਿਹਦੀ ਪਛਾਣ ਕੋਟੀ ਸੇਖਾਂ ਦੇ ਜੋਰਾ ਸਿੰਘ ਵਜੋਂ ਹੋਈ ਹੈ ਜਦਕਿ ਦੂਜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਜੇ ਤੱਕ ਅਧਿਕਾਰਤ ਸੂਤਰਾਂ ਤੋਂ ਇਹ ਨਹੀਂ ਪਤਾ ਲੱਗਿਆ ਇਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਸੀ ਇਹਨਾਂ ਦੀ ਗੱਡੀ 'ਚ ਨਸ਼ਾ ਕਿਹੜਾ ਕਿਹੜਾ ਸੀ ਔਰ ਇੱਕ ਵਾਰ ਫੇਰ ਇਹ ਪੁਲਿਸ ਉਸੇ ਰੰਗ ਚ ਆ ਚੁੱਕੀ ਹੈ ਜਿਹੜੇ ਰੰਗ ਦੇ ਵਿੱਚ ਖੜਕੂ ਬਾਦ ਬਲੇ ਸੀ ਅੱਜ ਤੱਕ ਨਾ ਤਾਂ ਖੜਕੂ ਬਾਦ ਤੇ ਕੋਈ ਕਮਿਸ਼ਨ ਬਣਿਆ ਤੇ ਨਾ ਇਸ ਗੈਂਗਸਟਰ ਬਾਦ ਤੇ ਕੋਈ ਕਮਿਸ਼ਨ ਬਣ ਰਿਹਾ ਨਸ਼ੇ ਦੀਆਂ ਤਿੰਨ ਰਿਪੋਰਟਾਂ ਖੁੱਲ ਗਈਆਂ ਇੱਕ ਜੇ ਵੀ ਸੀਲ ਬੰਦ ਪਈ ਹੈ ਜੀ ਮੈਂ ਸਮਝਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਕਿਸੇ ਸੀਨੀਅਰ ਜੱਜ ਜਿਨ੍ਹਾਂ ਤੇ ਕੋਈ ਸਵਾਲ ਨਾ ਉੱਠਦਾ ਹੋਵੇ ਉਹ ਇਹ ਜਾਂ ਤੋਂ ਇਹਦੀ ਪੜਤਾਲ ਕਰਾ ਲਈ ਜਾਵੇ ਤਾਂ ਬਹੁਤ ਸਾਰੇ ਉਹ ਚਿਹਰੇ ਬੇਨਕਾਬ ਹੋ ਜਾਣਗੇ ਜਿਨ੍ਹਾਂ ਨੂੰ ਸਮਾਜ ਵਿੱਚ ਬੜੇ ਬੀਬੇ ਚਿਹਰੇ ਸਮਝਿਆ ਜਾਂਦਾ ਹੈ ਜੇ ਕਿਧਰੇ ਜ਼ਿਲਾਂ ਦੇ ਵਿੱਚ ਬੈਠੇ ਲੋਕਾਂ ਦੀ ਪੜਤਾਲ ਕਰਾ ਲਈ ਜਾਵੇ ਥੋੜੂ 25 30% ਉਹ ਮਿਲ ਜਾਣਗੇ ਜਿਹੜੇ ਪਤਾ ਹੀ ਨਹੀਂ ਕਿਹੜੇ ਕੇਸ ਚ ਪਾਏ ਵੇ ਐ ਜਾਣ ਬੁੱਝ ਕੇ ਉਲਝਾਏ ਵੇ ਐ ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਆ ਹਰ ਰੋਜ਼ ਜਿਹੜਾ ਕੁਝ ਹੋ ਰਿਹਾ ਤੁਸੀਂ ਇਹਦੇ ਤੇ ਤਹ ਤੱਕ ਜਾਓ ਇਹਦੀਆਂ ਪਰਤਾਂ ਦੇ ਪਿੱਛੇ ਇਸ ਲੀਰਾਂ ਦੀ ਖੁੱਦੋ ਦੇ ਵਿੱਚ ਬਹੁਤ ਸਾਰੀਆਂ ਸਿਰ ਰਿਆਦ ਮਾਰਦੀਆਂ ਲੀਰਾਂ ਨੇ ਜਿਨ੍ਹਾਂ ਨੂੰ ਬੇਕਾਨੂੰਪ ਕਰਨਾ ਬੇਨਿਕਾਮ ਕਰਨਾ ਬਹੁਤ ਜ਼ਰੂਰੀ ਹੈ ਜੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਹੈ ਤੇ 6 ਕੈਦੀ ਜ਼ਖਮੀ ਹੋ ਗਏ ਨੇ ਜੀ ਦੇਖੋ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਤੋਂ ਹੀ ਤਣਾਅ ਚੱਲ ਰਿਹਾ ਹੈ ਜੇਲ੍ਹ ਅਥਾਰਟੀ ਨੂੰ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹਨਾਂ ਦੇ ਵਿੱਚ ਉਹ ਗੁੱਟ ਤਾਂ ਨਹੀਂ ਜਿਨ੍ਹਾਂ ਦਾ ਆਪਸ ਵਿੱਚ ਦੀ ਬੈਰ ਵਿਰੋਧ ਹੈ ਉਹੋ ਜਿਹਿਆਂ ਦੀਆਂ ਬੇਰਕਾਂ ਜਾਂ ਜ਼ਿਲ੍ਹੇ ਹੀ ਬਦਲ ਦਿਓ। ਬੀਤੀ ਰਾਤ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਿੰਦੇ ਕੋ ਪੁਰਾਣਾ ਵੀ ਚੱਲਦਾ ਇਹਨਾਂ ਦਾ ਲੜਾਈ ਝਗੜਾ ਇਹਨਾਂ ਨੂੰ ਆਪਸ ਵਿੱਚ ਦੀ ਪਿੜਪੇ ਇੱਕ ਦੂਜੇ ਨੂੰ ਜ਼ਖਮੀ ਕਰਤਾ। ਉਹਨਾਂ ਨੂੰ 6 ਕੈਦੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤੇ ਰਾਤ ਸਮੇਂ ਕਈ ਹੋਰਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇਸ ਸਬੰਧ ਵਿੱਚ ਕਹਿੰਦੇ ਜੇਲ੍ਹ ਦੇ ਜਿਹੜਾ ਪ੍ਰਸ਼ਾਸਨ ਹੈ ਕੁਝ ਵੀ ਬੋਲਣ ਤੋਂ ਤੇ ਹੁਣ ਸੂਤਰ ਦਾ ਹੀ ਜਾਣਕਾਰੀ ਹੈ ਕਿ ਇਨਾਂ ਚ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਤੇ ਜੇ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਇਨਾਂ ਨੂੰ ਇਕੱਠੇ ਕਿਉਂ ਹੋਂ ਦਿੱਤਾ ਗਿਆ ਕਿਤਨਾ ਕਿਤੇ ਜੇਲ੍ਹ ਪ੍ਰਸ਼ਾਸਨ ਦਾ ਆਪਸ ਵਿੱਚ ਦੀ ਵੀ ਇਹ ਗੱਲ ਗਲਤ ਵਾਲੇ ਪਾਸੇ ਨੂੰ ਹੈ ਇਨਾਂ ਨੂੰ ਚੌਕਸੀ ਰੱਖਣੀ ਚਾਹੀਦੀ ਹੈ ਔਰ ਜਿਹੜੇ ਐਸ ਤਰ੍ਹਾਂ ਦੇ ਹੋਰ ਨਾ ਜ਼ਿਲ੍ਹਿਆਂ ਚ ਵੀ ਹੈ ਉਹਨਾਂ ਨੂੰ ਉੱਥੋਂ ਵਾਕ ਰੱਖਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੀਆਂ ਘਟਰਾਵਾਂ ਨਾ ਵਾਪਰ ਸਕਣ ਜੀ ਭਾਰਤ ਨੇ ਜਾਪਾਨ ਨੂੰ 5-0 ਨਾਲ ਹਰਾ ਕੇ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਜੀ ਸੈਮੀਫਾਈਨਲ ਮੇਰਾ ਕੱਲ ਹਰਾਤਾ ਹੈ ਹਾਕੀ ਚੱਲ ਰਹੀ ਹੈ ਮੈਨੂੰ ਸਪਸ਼ਟ ਨਹੀਂ ਬਿੱਟੂ ਅਜੇ ਇਸ ਮਾਮਲੇ ਦੇ ਵਿੱਚ ਕਿ ਜਦੋਂ ਸਪਸ਼ਟਤਾ ਆਵੇਗੀ ਸਾਡੇ ਕੋਲ ਪੂਰੀ ਜਾਣਕਾਰੀ ਆਵੇਗੀ ਫਿਰ ਅਸੀਂ ਗੱਲ ਕਰਾਂਗੇ ਪਰ ਪਤਾ ਇਹ ਲੱਗਿਆ ਕਿ ਇਹ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਏਸ਼ੀਆ ਟਰਾਫੀ ਇਹਦੇ ਵਿੱਚ ਭਾਰਤ ਦੀ ਹਾਕੀ ਟੀਮ ਦੀ ਕਾਰਗੁਜ਼ਾਰੀ ਕਾਫੀ ਚੰਗੀ ਦੱਸੀ ਜਾਂਦੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੰਨਾਈ ਟਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਦੀ ਇਜਾਜ਼ਤ ਤੁਸੀਂ ਦੇ ਦਿਓ ਡੀ5 ਚੈਨਲ ਪੰਜਾਬੀ